ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਇੱਕ ਵਾਰ ਫਿਰ ਤੋਂ। ਅਸੀਂ ਅੱਜ ਇੰਟਰੋਡਕਸ਼ਨ ਵੀਡੀਓ ਥੋੜ੍ਹੀ ਜਿਹੀ ਲੈ ਕੇ ਆਏ ਹਾਂ। ਸੋ ਤੁਹਾਨੂੰ ਜਿਵੇਂ ਪਤਾ ਹੈ, ਪ੍ਰਵੀਨ ਫੁਲਕਾਰੀ ਹਾਊਸ ਸਾਡਾ ਪੱਟੀ ਸ਼ਹਿਰ ਤਰਨ ਤਾਰਨ ਜ਼ਿਲ੍ਹਾ ਦੇ ਵਿੱਚ ਹੈ। ਸੋ ਅਸੀਂ ਜਿਹੜੀਆਂ ਫੁਲਕਾਰੀਆਂ ਅਤੇ ਬਾਗ ਹੱਥ ਦੇ ਬਣਾਉਂਦੇ ਹਾਂ ਇੱਥੇ, ਅਤੇ ਫੁਲਕਾਰੀ ਐਕਸੈਸਰੀਜ਼ ਵੀ ਬਣਾਉਂਦੇ, ਜਿਵੇਂ ਪੱਖੀਆਂ ਹੋ ਗਏ, ਝੋਲੇ ਹੋ ਗਏ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫੁਲਕਾਰੀ ਦੇ ਨਾਲ ਰਲਦੀਆਂ ਮਿਲਦੀਆਂ ਉਹ ਅਸੀਂ ਬਣਾਉਂਦੇ ਹਾਂ। ਸੋ ਤੁਸੀਂ ਇੱਥੇ ਡਾਇਰੈਕਟ ਆ ਕੇ ਵੀ ਬਾਏ ਕਰ ਸਕਦੇ ਹੋ ਜਾਂ ਸਾਡੀ ਵੈਬਸਾਈਟ ਦੇ ਰਾਹੀਂ ਵੀ ਬਾਏ ਕਰ ਸਕਦੇ ਹੋ, www.pafulkarihouse.com ਤੇ ਜਾ ਕੇ, ਜਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ 'ਤੇ ਤੁਸੀਂ ਫੋਲੋ ਕਰ ਸਕਦੇ ਹੋ ਜਿਹੜੀਆਂ ਨਿਊਲੀ ਅਪਡੇਟ ਦੇ ਲਈ। ਅਤੇ ਸਾਡਾ ਇਹ ਜਿਹੜਾ ਯੂਟਿਊਬ ਚੈਨਲ ਆ, ਅਸੀਂ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ, ਇਹ ਯੂਟਿਊਬ ਚੈਨਲ 'ਤੇ ਅਸੀਂ ਹਰ ਵੀਕਲੀ 2 ਵੀਡੀਓਜ਼ ਲੈ ਕੇ ਆਉਂਦੇ ਹਾਂ। ਜਿਹੜਾ ਸਮਾਨ ਮਤਲਬ ਉਸ ਵੀਕ ਦਾ ਅਵੇਲੇਬਲ ਹੁੰਦਾ, ਉਹ ਸਮਾਨ ਦੀ ਵੀਡੀਓ ਲੈ ਕੇ ਆਉਂਦੇ ਹਾਂ। ਸੋ ਨਿੱਕੇ ਨਿੱਕੇ ਤੁਹਾਡੇ ਕੁਐਸਚਨਸ ਹੁੰਦੇ ਆ, ਅਤੇ ਅਸੀਂ ਉਹ ਨਿੱਕੇ ਨਿੱਕੇ ਕੁਐਸਚਨਸ ਦਾ ਅੱਜ ਜਵਾਬ ਦੇ ਦਿੰਦੇ ਹਾਂ। ਸਭ ਤੋਂ ਪਹਿਲਾਂ ਸਾਡਾ ਤੁਹਾਡਾ ਬੇਸਿਕਲੀ ਜਿਹੜਾ ਸਵਾਲ ਹੁੰਦਾ ਹੈ ਕਿ ਬਾਗ ਕਿੰਨੇ ਸੈਂਟੀਮੀਟਰ ਦਾ ਹੁੰਦਾ ਅਤੇ ਫੁਲਕਾਰੀ ਕਿੰਨੇ ਸੈਂਟੀਮੀਟਰ ਦੀ ਹੁੰਦੀ ਹੈ। ਬਾਗ ਜਿਹੜਾ ਉਹ 2.5 ਮੀਟਰ ਦਾ ਹੁੰਦਾ ਅਤੇ 1.5 ਮੀਟਰ ਚੌੜਾ ਹੁੰਦਾ ਹੈ। ਅਤੇ ਅਸੀਂ ਬਾਗ ਦੇ ਵਿੱਚ ਸਿਰਫ ਸਾਡੇ ਕੋਲ ਅਸੀਂ ਤਿੰਨਾਂ 4 ਰੰਗਾਂ 'ਤੇ ਹੀ ਬਣਾਉਂਦੇ ਹਾਂ, ਜਿਵੇਂ ਮਸਟਰਡ ਹੋ ਗਿਆ, ਮੈਰੂਨ ਹੋ ਗਿਆ, ਰੈੱਡ ਹੋ ਗਿਆ ਜਾਂ ਬਲੈਕ ਹੋ ਗਿਆ। ਇਹ 3-4 ਰੰਗ 'ਤੇ ਜਾਂ ਵਾਈਟ 'ਤੇ ਜਿਹੜੇ ਆ ਸਾਡੇ ਝੋਲੇ ਬਣਦੇ ਆ, ਉਹ ਵੀ ਖੱਦਰ 'ਤੇ ਹੀ ਬਣਦੇ ਆ। ਅਤੇ ਬਾਗ ਸਾਡੇ ਸਾਰੇ, ਜਿੱਥੇ ਅਸੀਂ ਬਾਗ ਵਰਡ ਲਿਖਤਾ ਉੱਥੇ ਉਹ ਸਾਰੇ ਸਾਡੇ ਬਾਗ ਜਿਹੜੇ ਆ ਖੱਦਰ ਦੇ ਹੁੰਦੇ ਆ। ਸੋ ਬਾਗ ਦੀਆਂ ਅਲੱਗ ਅਲੱਗ ਟਾਈਪ ਜਿਹੜੀਆਂ ਅਸੀਂ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਬਣਾਉਂਦੇ ਹਾਂ, ਉਹ ਟਾਈਪਸ ਹੈਗੀਆਂ 52 ਬਾਗ, ਕੌਡੀ ਬਾਗ, ਗੁੰਗਟ ਬਾਗ ਬਣਾਉਂਦੇ ਹਾਂ, ਵਰੀਦਾ ਬਾਗ ਬਣਾਉਂਦੇ ਹਾਂ, ਹੋਰ ਵੀ ਬਹੁਤ ਸਾਰੀਆਂ ਟਾਈਪਸ 'ਤੇ ਜਿਸ ਤਰ੍ਹਾਂ ਬਾਗ ਸਾਡੇ ਕੋਲ ਹੁੰਦੇ ਆ, ਥਿਰਮਾ ਬਾਗ ਹੁੰਦਾ, ਸੋ ਗੋਭੀ ਬਾਗ ਹੁੰਦਾ। ਸੋ ਇਹੋ ਜਿਹੇ 6-7-8 ਟਾਈਪ ਦੇ ਅਸੀਂ ਬਾਗ ਬਣਾਉਂਦੇ ਹਾਂ। ਅਤੇ ਉਹ ਬਾਗ ਕਈ ਵਾਰ ਵੈਸਟ ਬਾਗ ਵੀ ਕਈ ਵਾਰ ਸਾਡੇ ਕੋਲ ਅਵੇਲੇਬਲ ਹੁੰਦੇ ਆ, ਪਰ ਜੇ ਉਹ ਔਨ ਦਾ ਸਪੋਟ ਨਹੀਂ ਅਵੇਲੇਬਲ, ਤੁਹਾਨੂੰ ਵੈਬਸਾਈਟ 'ਤੇ ਸ਼ੋ ਹੋ ਰਿਹਾ, ਤੁਸੀਂ ਵਟਸਐਪ 'ਤੇ ਵੀ ਇੱਕ ਵਾਰੀ ਕਨਫਰਮੇਸ਼ਨ ਲੈ ਲੈਣੀ ਆ। ਜੇ ਤੁਹਾਨੂੰ ਉਹ ਕਹਿ ਰਹੇ, ਜੇ ਤੁਹਾਨੂੰ ਕਿ ਕਸਟਮਾਈਜ਼ ਕਰਾਉਣੇ ਆ, ਤਾਂ ਉਹ ਵੀ ਅਸੀਂ ਬਾਗ ਜਿਹੜੇ ਆ ਕਸਟਮਾਈਜ਼ ਕਰ ਦਿੰਦੇ ਹਾਂ। ਜ਼ਰੂਰੀ ਨਹੀਂ ਕਿ ਅਸੀਂ ਜਿਹੜਾ ਆਪਣੇ ਡਿਜ਼ਾਇਨ ਦੇ ਬਾਗ ਦਿੰਦੇ ਹਾਂ। ਸੋ ਤੁਹਾਡਾ ਵੀ ਕੋਈ ਡਿਜ਼ਾਇਨ ਹੈਗਾ ਤਾਂ ਮੋਸਟ ਵੈਲਕਮ, ਤੁਸੀਂ ਲੈ ਕੇ ਆ ਸਕਦੇ ਹੋ, ਅਸੀਂ ਉਹ ਵੀ ਬਾਗ ਜਿਹੜੇ ਆ ਬਣਾਉਂਦੇ ਹਾਂ। ਸੋ ਅੱਗੇ ਜਿਹੜੀ ਆ ਗੱਲ, ਅਸੀਂ ਫੁਲਕਾਰੀ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜਿਵੇਂ ਐਕਸਪਲੇਨ ਕਰ ਹੀ ਦਿੱਤਾ ਕਿ ਬਾਗ ਕਿੰਨੇ ਤਰ੍ਹਾਂ ਦੇ ਅਸੀਂ ਬਣਾਉਂਦੇ ਹਾਂ, ਜਿਹੜੇ ਆ ਉਹ ਸਾਰੇ ਸਾਡੇ ਖੱਦਰ 'ਤੇ ਹੁੰਦੇ ਆ, ਬਿਲਕੁਲ ਐਂ ਕੋਈ ਰੰਗ ਲੱਥਣ ਵਾਲਾ ਨਹੀਂ ਹੁੰਦਾ। ਅਤੇ ਪੱਟ ਦੇ ਧਾਗੇ ਨਾਲ ਹੀ ਅਸੀਂ ਜਿਹੜੇ ਆ ਬਾਗ ਸਾਡੇ ਬਣਦੇ, ਬਾਗ ਫੁਲਕਾਰੀ ਜਾਂ ਕੋਈ ਵੀ ਚੀਜ਼ ਸਾਡੀ ਜਿਹੜੀ ਹੱਥ ਦੀ ਹੁੰਦੀ ਆ। ਫੁਲਕਾਰੀ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ। ਫੁਲਕਾਰੀ ਸਾਡੇ ਕੋਲ 2 ਤਰੀਕੇ ਦੇ ਕੱਪੜੇ 'ਤੇ ਹੁੰਦੀ ਹੈ, ਇੱਕ ਕੋਟਨ 'ਤੇ ਅਤੇ ਇੱਕ ਚਨੌਨ ਸ਼ਿਫੋਨ 'ਤੇ। ਇਹ ਚਨੌਨ ਸ਼ਿਫੋਨ ਦਾ ਬਹੁਤ ਲਿਮਿਟਡ ਸਟੋਕ ਹੁੰਦਾ, ਜਿਸ ਤਰ੍ਹਾਂ 5-10 ਪੀਸ ਸਾਡੇ ਕੋਲ ਹੁੰਦੇ ਆ। ਅਤੇ ਜਿਹੜੇ ਕੋਟਨ 'ਤੇ ਹੁੰਦੀਆਂ, ਉਹ ਵੱਖ ਵੱਖ ਡਿਜ਼ਾਈਨਾਂ ਦੀਆਂ ਜਿਹੜੀਆਂ ਫੁਲਕਾਰੀਆਂ ਹੁੰਦੀਆਂ। ਅਤੇ ਕੋਟਨ 'ਤੇ ਇਹਦੀ ਜਿਹੜੀ ਆ ਚੌੜਾਈ ਹੁੰਦੀ ਆ, ਉਹ ਸਾਡੇ ਕੋਲ ਮੀਟਰ ਹੁੰਦੀ ਆ, ਇਹਦੀ ਚੌੜਾਈ ਮੀਟਰ ਹੁੰਦੀ ਹੈ। ਅਤੇ ਲੰਬਾਈ ਤੁਸੀਂ ਭਾਵੇਂ 2.5 ਮੀਟਰ ਰੱਖਾ ਸਕਦੇ ਹੋ, ਭਾਵੇਂ 2.25 ਰੱਖਾ ਸਕਦੇ ਹੋ, ਅਕੋਰਡਿੰਗ ਟੂ ਯੂਅਰ ਹਾਈਟ ਅਸੀਂ ਉਹਨੂੰ ਜਿਹੜਾ ਮੈਨੇਜ ਕਰ ਦਾਂਗੇ। ਅਤੇ ਇਹਨੂੰ ਅਸੀਂ ਪੂਰੀ ਫਿਨਿਸ਼ਿੰਗ ਕਰਕੇ, ਬਿਕੋਜ਼ ਗੋਟਾ ਲਾ ਕੇ ਇਹਨੂੰ ਪੂਰਾ ਕੰਪਲੀਟ ਰੈਡੀ ਟੂ ਵੇਅਰ, ਸਿਰਫ ਤੁਸੀਂ ਵੇਅਰ ਹੀ ਕਰਨੀ ਆ ਜਾ ਕੇ, ਤੁਹਾਨੂੰ ਹੋਰ ਇਹਦੇ 'ਚ ਕੁਛ ਐਡ ਔਨ ਨਹੀਂ ਕਰਨਾ ਪਊਗਾ। ਸੋ ਸਾਰੀ ਅਸੀਂ ਫੁਲਕਾਰੀ ਜਿਹੜੀ ਆ ਰੈਡੀ ਕਰਕੇ ਦਿੰਦੇ ਹਾਂ। ਚਨੌਨ ਸ਼ਿਫੋਨ ਦੀਆਂ ਫੁਲਕਾਰੀਆਂ ਜਿਹੜੀਆਂ ਪੱਲੇ ਪੱਲੇ ਕੱਢੇ ਹੁੰਦੇ ਆ ਜਾਂ ਵਿੱਚੋਂ ਬੂਟੀਆਂ ਪਈਆਂ ਹੁੰਦੀਆਂ, ਸੋ ਜੇ ਤੁਸੀਂ ਕਹੋ ਫੁੱਲ ਦੁਪੱਟਾ ਜਿਹੜਾ ਉਹਦਾ ਜਿਹੜਾ ਉਹ ਕੋਸਟਲੀ ਚਾਰਜ ਕਰਦੀ ਆ, ਜਿਸ ਤਰ੍ਹਾਂ ਕਹਿ ਲਓ ਬਾਗ ਦੇ ਪ੍ਰਾਈਜ਼ 'ਤੇ ਹੀ ਆ, ਮਤਲਬ 6-7 ਹਜ਼ਾਰ ਦੇ ਵਿੱਚ ਜਿਹੜੇ ਆ ਉਹ ਫੁੱਲ ਦੁਪੱਟੇ ਆ ਜਾਂਦੇ ਆ। ਉਹਦੇ ਨਾਲ ਤੁਸੀਂ ਸੂਟ ਵੀ ਬਣਵਾ ਸਕਦੇ ਹੋ, ਉਹ ਐਕਸਟਰਾ ਚਾਰਜ ਲੱਗਦੇ ਆ। ਸੋ ਫੁਲਕਾਰੀ ਦਾ ਸਾਡੇ ਕੋਲ ਇੰਨਾ ਕੁ ਮਟੀਰੀਅਲ ਹੁੰਦਾ। ਅਤੇ ਥਰਡ, ਸਾਡੇ ਕੋਲ ਐਕਸੈਸਰੀਜ਼ ਦੇ ਵਿੱਚ ਫੁਲਕਾਰੀ ਦੀਆਂ ਕੀ ਹੁੰਦੀਆਂ, ਸਾਡੇ ਕੋਲ ਝੋਲੇ ਹੁੰਦੇ ਆ, ਵਾਲ ਪੇਂਟਿੰਗਸ ਤੁਸੀਂ ਬਣਵਾ ਸਕਦੇ ਹੋ, ਉਹ ਹੁੰਦੀਆਂ, ਪੱਖੀਆਂ ਹੁੰਦੀਆਂ, ਨਾਲੇ ਹੁੰਦੇ ਆ, ਸਗਨ ਪੋਟਲੀਜ਼ ਹੁੰਦੀਆਂ, ਪਰਸ ਹੁੰਦੀਆਂ, ਜੁੱਤੀਆਂ ਹੁੰਦੀਆਂ, ਇਹ ਸਾਡੇ ਕੋਲ ਐਕਸੈਸਰੀਜ਼ ਹੁੰਦੀਆਂ। ਅਤੇ ਇਹ ਸਾਰੀਆਂ ਐਕਸਟਰਾ ਐਡ ਔਨ ਹੁੰਦੀਆਂ। ਐਕਸਟਰਾ ਐਡ ਔਨ ਮਤਲਬ ਤੁਸੀਂ ਆਪਣਾ ਵੀ ਕੁਛ ਦੇ ਕੇ ਬਣਾ ਸਕਦੇ ਹੋ, ਜਿਸ ਤਰ੍ਹਾਂ ਝੋਲੇ ਸਾਡੇ ਬਹੁਤ ਤੁਸੀਂ ਵੇਖੇ ਹੋਣਗੇ, ਸਾਡੇ ਵੈਬਸਾਈਟ 'ਤੇ ਜਾ ਕੇ ਵੀ ਵੇਖ ਸਕਦੇ ਹੋ, ਊੜੇ ਆੜੇ ਵਾਲੇ ਸਾਡੇ ਝੋਲੇ ਬਹੁਤ ਫੇਮਸ ਆ। ਸੋ ਅਗਲੇ ਫਰੰਟ 'ਤੇ ਜਿਹੜਾ ਤੁਸੀਂ ਆਪਣਾ ਨਾਮ ਵੀ ਲਿਖਵਾ ਸਕਦੇ ਹੋ, ਬੈਕ ਸਾਈਡ 'ਤੇ ਸਿਰਫ ਉਹੀ ਊੜੇ ਆੜੇ ਦੀ 35 ਲਿਖੀ ਜਾਂਦੀ ਹੈ। ਬਿਕੋਜ਼ ਰੀਜ਼ਨ ਇਹ ਆ ਸਾਡਾ, ਮਤਲਬ ਸਾਡਾ ਮਕਸਦ ਇਹ ਹੈ ਕਿ ਪੰਜਾਬੀ ਭਾਸ਼ਾ ਜਿਹੜੀ ਆ ਹੋਰ ਵੀ ਪ੍ਰਫੁੱਲਤ ਹੋਵੇ, ਪੰਜਾਬੀ ਸੱਭਿਆਚਾਰ ਦੇ ਨਾਲ ਵੀ ਪੰਜਾਬੀ ਭਾਸ਼ਾ ਜਿਹੜੀ ਆ ਇੱਕ ਜਿਹੜਾ ਵਡਮੁੱਲਾ ਅੰਗ ਆ,
ਤੇ ਸੋ ਅਸੀਂ ਚਾਹੁੰਦੇ ਆ ਕਿ ਉਹ ਵੀ ਜਿਹੜੀ ਆ ਪ੍ਰਸਿੱਧ ਹੋਵੇ ਤੇ ਅੱਜ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਜਾਂ ਅੱਜ ਦੀ ਅਜੋਕੀ ਪੀੜ੍ਹੀ ਆ ਉਹ ਪੰਜਾਬੀ ਮਾਂ ਬੋਲੀ ਨੂੰ ਜਿਹੜਾ ਹਮੇਸ਼ਾ ਮਤਲਬ ਯਾਦ ਰੱਖੇ ਤੇ ਉਹਨਾਂ ਆਪਣੀ ਸ਼ਬਦਾਵਲੀ ਤੇ ਆਪਾਂ ਆਪਣੀ ਬੋਲੀ ਜਿਹੜੀ ਆ ਪੰਜਾਬੀ ਹੀ ਰੱਖੀਏ। ਸੋ ਇਹ ਇਸ ਮਕਸਦ ਦੇ ਨਾਲ ਸਾਡੇ ਪੰਜਾਬੀ ਝੋਲੇ ਬਣਦੇ ਆ ਤੇ ਉਹ ਝੋਲੇ ਪੁਰਾਣੇ ਤਰੀਕੇ ਦੇ ਨਾਲ ਹੀ ਬਣਦੇ ਆ। ਸੋ ਇਹ ਫੁਲਕਾਰੀ ਐਕਸੈਸਰੀਜ਼ ਹੁੰਦੀਆਂ। ਸੋ ਚੌਥੀ ਚੀਜ਼ ਜਿਹੜੀ ਸਾਡੇ ਕੋਲ ਅਵੇਲੇਬਲ ਹੁੰਦੀ ਆ ਉਹ ਸੂਟ ਅਤੇ ਲਹਿੰਗੇ। ਉਹ ਤੁਸੀਂ ਜਿਹੜਾ ਸੋ ਹੋਰ ਸਾਡੇ ਕੋਲ ਸੂਟ ਹੁੰਦੇ ਆ, ਤੁਸੀਂ ਸੂਟ ਵੀ ਬਾਏ ਕਰ ਸਕਦੇ ਹੋ। ਸੂਟ ਅਤੇ ਲਹਿੰਗੇ ਉਹ ਤੁਸੀਂ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ। ਸੋ ਅੰਤ ਦੇ ਵਿੱਚ ਫਿਰ ਮੈਂ ਤੁਹਾਨੂੰ ਜਿਹੜਾ ਆਪਣੇ ਨੰਬਰਸ ਅਤੇ ਆਪਣਾ ਐਡਰੈਸ ਇੱਕ ਵਾਰ ਐਕਸਪਲੇਨ ਕਰ ਦੂੰਗੀ। ਪ੍ਰਵੀਨ ਫੁਲਕਾਰੀ ਹਾਊਸ, M636/12, ਲਾਹੌਰ ਰੋਡ, ਪੱਟੀ ਅਤੇ 143416, ਤਰਨ ਤਾਰਨ ਜ਼ਿਲ੍ਹਾ। ਸੋ ਇਹ ਮੇਨ ਖਾਸ ਰੱਖਿਓ, ਸਾਡਾ ਜ਼ਿਲ੍ਹਾ ਤਰਨ ਤਾਰਨ ਆ ਅਤੇ ਪੱਟੀ ਸ਼ਹਿਰ ਆ ਸਾਡਾ। ਜ਼ਿਲ੍ਹੇ ਦੇ ਵਿੱਚ ਕੋਈ ਹੋਰ ਸੈਂਟਰ ਨਹੀਂ, ਸਾਡਾ ਸਿਰਫ ਪੱਟੀ ਹੀ ਸਾਡਾ ਜਿਹੜਾ ਮੇਨ ਅਸੀਂ ਸਾਡਾ ਜਿਹੜਾ ਹੈਗਾ ਪੂਰਾ ਵੈਂਚਰ ਦਾ ਕੰਮ ਆ। ਅਤੇ ਸਾਡੇ ਨੰਬਰਸ ਜਿਹੜੇ ਆ 8054621977 ਅਤੇ 9501205488, ਇਹ ਦੋ ਨੰਬਰਸ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਅਤੇ ਸਾਡੀ ਵੈਬਸਾਈਟ ਤੁਹਾਨੂੰ ਜਿਹੜੀ ਆ ਵੈਬਸਾਈਟ www.pafulkarihouse.com ਜਾ ਕੇ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ। ਅਤੇ ਸਭ ਤੋਂ ਇੰਪੋਰਟੈਂਟ ਗੱਲ, ਜੇ ਤੁਸੀਂ ਇਹ ਵੀਡੀਓ ਵੇਖਦੇ ਪਏ ਹੋ ਤਾਂ ਸਾਡਾ ਆਹ ਚੈਨਲ ਸਬਸਕ੍ਰਾਈਬ ਕਰ ਛੱਡੋ, ਕਿਉਂਕਿ ਇਹਦੇ 'ਤੇ ਹੀ ਤੁਹਾਨੂੰ ਹਫ਼ਤੇ ਦੀਆਂ ਦੋ ਵੀਡੀਓਜ਼ ਆ ਜਾਂਦੀਆਂ। ਇਹਦੇ 'ਚ ਜੋ ਸਟੋਕ ਅਵੇਲੇਬਲ ਹੋਊਗਾ, ਕਿਉਂਕਿ ਇੱਥੇ ਲਿਮਿਟਡ ਲਾਈਵ ਆਪਾਂ ਕਰ ਸਕਦੇ ਹਾਂ, ਪਰ ਜੇ ਤੁਸੀਂ ਵੀਡੀਓ ਦੇ ਵਿੱਚ ਵੇਖੋਗੇ ਤਾਂ ਉਹ ਪੂਰੀ ਵੀਡੀਓ ਦੇ ਵਿੱਚ ਅਸੀਂ ਦਿੱਤਾ ਹੁੰਦਾ ਕਿ ਡੇਟ ਦੇ ਹਿਸਾਬ ਨਾਲ ਵੀਡੀਓ ਪਾ ਦਿੰਦੇ ਹਾਂ, ਇਸ ਵੀਕ ਦੇ ਵਿੱਚ ਆਹ ਦੋ ਵੀਡੀਓਜ਼। ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਬਾਗ ਫੁਲਕਾਰੀ ਜਿਹੜੀ ਆ ਅੱਡ ਅੱਡ ਉਹਦੀ ਵੀਡੀਓ ਪਾਈਏ, ਅਲੱਗ ਅਲੱਗ ਕਰਕੇ ਵੀਡੀਓ ਪਾਈਏ, ਅਤੇ ਤਾਂ ਜੋ ਤੁਹਾਨੂੰ ਬਾਗ ਲੈਣੇ ਜਾਂ ਫੁਲਕਾਰੀ ਲੈਣੀ ਅੰਡਰਸਟੈਂਡ ਬਹੁਤ ਛੇਤੀ ਹੋ ਜੇ। ਸੋ ਅਸੀਂ ਪ੍ਰਾਈਜ਼ ਇਹਦੇ ਵਿੱਚੋਂ ਨਹੀਂ ਦੱਸਦੇ, ਪ੍ਰਾਈਜ਼ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਜਾਂ ਸਾਡੇ ਵਟਸਐਪ ਵਾਲੇ ਨੰਬਰ 'ਤੇ ਜਾ ਕੇ ਮੈਸੇਜ ਕਰਕੇ ਤੁਸੀਂ ਜਿਹੜੇ ਲੈ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਵੀਡੀਓ ਨੂੰ ਵੇਖਣ ਦਾ, ਅਤੇ ਤੁਸੀਂ ਸਾਡਾ ਚੈਨਲ ਜਿਹੜਾ ਫੋਲੋ ਕਰ ਛੱਡੋ, ਯੂਟਿਊਬ 'ਤੇ ਪ੍ਰਵੀਨ ਫੁਲਕਾਰੀ ਹਾਊਸ 'ਤੇ ਸਬਸਕ੍ਰਾਈਬ ਵੀ ਕਰ ਛੱਡੋ।